ਲੇਕਿਨ ਜੇ ਇਹ ਸਿੱਧੇ ਇਹਦੇ ਧੌਣ ਚ ਕਿੱਲਾ ਚੰਗੀ ਤਰੀਕੇ ਗੱਟਿਆ ਹੋਇਆ ਜੇ ਨਹੀਂ ਨਿਕਲ ਰਿਹਾ ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ। ਜਿਹਦੇ ਨਾਲ ਮੇਰਾ ਵਿਵਾਦ ਆ ਮੁੰਡਾ ਆ, ਜਿਹਦੇ ਨਾਲ ਮੇਰੀ ਪ੍ਰੋਬਲਮ, ਜਿਹਦੇ ਨਾਲ ਮੈਨੂੰ ਇਹਦੇ ਨਾਲ ਮੈਨੂੰ ਪ੍ਰੋਬਲਮ, ਇਹਨੇ ਮਾਰਿਆ ਸੀ। ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨਹੀਂ ਪਤਾ ਨਾ, ਤੇ ਮੈਨੂੰ ਪੁਲਿਸ ਆਣ ਕੇ ਪਹਿਚਾਣ ਕਰਾਣ ਇਸ ਚੀਜ਼ ਦੀ। ਬਿਲਕੁਲ, ਸਭ ਤੋਂ ਪਹਿਲਾਂ ਨਾ ਮੈਂ ਮੀਡੀਆ ਦਾ ਹੀ ਥੈਂਕ ਯੂ ਕਰੂੰਗੀ, ਕਿਉਂਕਿ ਇਹ ਰੱਬ ਬਣ ਕੇ ਮੇਰੇ ਘਰੇ ਆਏ ਨੇ, ਠੀਕ ਹੈ ਨਾ। ਜੇ ਮੈਂ ਦਰਖਾਸਤ ਲਿਖਾ ਦਿੱਤੀ ਕੀ ਪਤਾ ਕਦੋਂ ਤੱਕ ਮਾਮਲਾ ਕਿੱਥੇ ਪਹੁੰਚਦਾ, ਕਦੋਂ ਤੱਕ ਮੈਨੂੰ ਇਨਸਾਫ਼ ਮਿਲਦਾ। ਮੈਨੂੰ ਅਸਲੀ ਇਨਸਾਫ਼ ਜਿਹੜਾ ਆ ਮੀਡੀਆ ਨੇ ਹੀ ਦਿਲਵਾਇਆ ਹੈਗਾ ਆ, ਠੀਕ ਆ, ਜੋ ਸੱਚੀ ਜਿਹੜੀ ਗੱਲ ਹੈ, ਠੀਕ ਹੈ ਨਾ। ਮੈਂ ਉੱਥੇ ਦਰਖਾਸਤ ਲਗਾ ਕੇ ਆ ਗਈ ਸੀ। ਅੱਛਾ, ਪਹਿਲੀ ਗੱਲ ਜਿਹੜੀ ਲਾਡੀ ਨੇ ਇਹ ਗੱਲ ਕਹੀ ਸੀ ਕਿ ਸਾਨੂੰ ਤਾਂ ਦੱਸਿਆ ਨਹੀਂ ਕਦੋਂ ਥਾਣੇ ਚਲ ਗਈ, ਕਦੋਂ ਨਹੀਂ। ਉਹਨੂੰ ਮੈਂ ਫੋਨ ਕਰਕੇ ਪੁੱਛਿਆ, ਮੈਂ ਕਿਹਾ ਭਾਜੀ ਕੀ ਕਹਿੰਦੇ ਆ, ਕੀ ਨਾਮ ਸੀਗਾ ਬੈਣੀਪਾਲ ਬੰਦੇ ਪਛਾਣਨ ਚ ਮਨਾ ਕਿਉਂ ਕਰ ਰਿਹਾ ਹੈ, ਬਸ ਇਹੀ ਕਿਹਾ ਸੀ। ਉਹ ਇਹ ਮੈਨੂੰ ਮੇਰੇ ਘਰੇ ਆ ਕੇ ਮੈਨੂੰ ਬੋਲਦੇ ਕਿ ਪੁੱਤ ਆਹ ਗੱਲ ਸੀ, ਇਸ ਕਰਕੇ ਮੇਰੀ ਮਜਬੂਰੀ ਸੀ, ਇਸ ਕਰਕੇ ਮੈਂ ਮਨਾ ਕਰ ਰਿਹਾ ਵਾਂ। ਉਹ ਨਹੀਂ, ਇਹ ਬੋਲਣ ਦੀ ਬਜਾਏ ਮੇਰੇ ਉਲਟ ਹੋ ਗਏ ਜਿਹੜੀ ਸਿੱਧੀ ਗੱਲ। ਹੁਣ ਬਾਅਦ ਵਿੱਚ ਤੁਸੀਂ ਘਰੇ ਆ ਕੇ ਸਮਝੌਤੇ ਕਰਦੇ ਫਿਰਦੇ ਹੋ ਜਾਂ ਕੁਛ ਕਰਦੇ ਫਿਰਦੇ ਹੋ, ਸਿੱਧੀ ਮੈਂ ਉਹਨਾਂ ਦੇ ਖਿਲਾਫ਼ ਹਾਂ ਤੇ ਮੈਂ ਖਿਲਾਫ਼ ਹਾਂ। ਜਿਹੜੇ ਬੰਦੇ ਉਹਨਾਂ ਨੇ ਮੇਰਾ ਬਾਇਓਕਾਟ ਕੀ ਕਰਨਾ ਆ, ਮੈਂ ਉਹਨਾਂ ਦਾ ਬਾਇਓਕਾਟ ਕਰਤਾ। ਆਰਗਨਾਈਜ਼ਰ ਮੈਂ ਮੰਨਦੀ ਨਹੀਂ ਉਹਨਾਂ ਨੂੰ, ਜਿਹੜੇ ਮੇਰੇ ਨਾਲ ਖੜੇ ਨੇ ਉਹੀ ਆਰਗਨਾਈਜ਼ਰ ਨੇ, ਠੀਕ ਹੈ, ਉਹੀ ਪ੍ਰਧਾਨ ਨੇ, ਉਹੀ ਸਭ ਕੁਛ ਨੇ, ਠੀਕ ਹੈ, ਜਿਹੜੇ ਮੇਰੇ ਨਾਲ ਖੜੇ ਨੇ। ਤੇ ਜਿਹੜੇ ਬੰਦੇ ਉਹ ਮੇਰੇ ਖਿਲਾਫ਼ ਨੇ, ਤੇ ਉਹਨਾਂ ਨੇ ਮੇਰਾ ਉਹ ਦਿਨ ਕਿਹਾ ਨਾ ਲਾਡੀ ਗੇਲ ਨੂੰ, ਮੈਂ ਅੱਜ ਜਵਾਬ ਦਿੰਦੀ ਹਾਂ, ਉਹਨੇ ਇਹ ਗੱਲ ਕਹੀ ਆ ਕਿ ਮੈਂ ਅਸੀਂ ਸਿਮਰਨ ਦਾ ਬਾਇਓਕਾਟ ਕਰਨ ਵਾਲੇ ਹੁੰਦੇ ਕੌਣ ਆ, ਇਸ ਲਾਈਨ ਚੋਂ ਮੈਨੂੰ ਕੱਢਣ ਵਾਲੇ ਹੁੰਦੇ ਕੌਣ ਆ, ਠੀਕ ਹੈ ਨਾ। ਉਹ ਤਾਂ ਬੇਸ਼ੱਕ ਮੇਰੀਆਂ ਪਰਸਨਲ, ਜੇ ਮੈਂ ਕਿਸੇ ਦੀ ਉਹਨਾਂ ਦੀਆਂ ਪਰਸਨਲ 'ਚ ਜਾਵਾਂ ਤੇ ਸਾਰੇ ਦੱਸ ਸਕਦੇ ਨੇ ਕਿ ਕੀ ਹੈ ਕੀ ਨਹੀਂ। ਅਲੀਸ਼ਾ ਨੂੰ ਹੁਣ ਮੈਨੂੰ ਰਾਤ ਨੂੰ ਉਹ ਵੀਡੀਓ ਕਾਲ ਕਰਕੇ ਸੋਰੀ ਬੋਲ ਰਹੀ ਜਾਂ ਕੁਛ ਵੀ ਬੋਲੀ, ਰੋ ਰਹੀ ਆ ਮੇਰੇ ਅੱਗੇ। ਇਹ ਚੀਜ਼ਾਂ ਮੀਡੀਆ ਦੇ ਆ ਕੇ ਕਰੇ ਨਾ, ਉਹ ਪਹਿਲਾਂ ਤਾਂ ਮੈਨੂੰ ਬਦਨਾਮ ਕਰਤਾ, ਹੁਣ ਤੁਸੀਂ ਕਹਿ ਰਹੇ ਮੈਨੂੰ ਮਹਿਸੂਸ ਹੋ ਰਿਹਾ ਵਾ ਇਹ ਚੀਜ਼। ਮੇਰੇ ਪ੍ਰਧਾਨ ਜੀ ਮਾਫ਼ੀ ਮੰਗਣ ਲਈ ਕੋਈ ਨਹੀਂ ਆਇਆ ਜੀ, ਆਪਦੀ ਆਕੜ ਚ ਹੀ ਆਏ ਸੀ ਉਦੋਂ ਵੀ ਮਾਫ਼ੀ ਮੂਫੀ ਮੰਗਣ, ਰਾਤ ਹਾਂ ਰਾਤ ਵੀ ਪਹਿਲੀ ਵਾਰ ਤਾਂ ਆਇਆ ਹੀ ਨੀ ਕੋਈ, ਜਦੋਂ ਆ ਮਾਮਲਾ ਸਾਰਾ ਜੀ ਅੱਗ ਵਾਂਗੂ ਫੈਲਿਆ ਤੁਹਾਡੀ ਵਜ੍ਹਾ ਨਾਲ, ਤੇ ਉਸ ਤੋਂ ਬਾਅਦ ਹੀ ਇਹ ਜਿਹੜੇ ਕਮਿਸ਼ਨਰ ਤੱਕ ਮੇਰੀ ਜਿਹੜੀ ਕੀ ਕਹਿੰਦੇ ਆਵਾਜ਼ ਸੀ ਉਹ ਪਹੁੰਚੀ ਹੈ। ਉਹ ਤੁਹਾਡੀ ਮਿਹਰਬਾਨੀ ਨਾਲ ਪਹੁੰਚੀ ਹੈ ਜੀ, ਸਾਰਿਆਂ ਦੀ ਮਿਹਰਬਾਨੀ ਨਾਲ, ਮੀਡੀਆ ਦੀ ਮਿਹਰਬਾਨੀ ਨਾਲ, ਠੀਕ ਹੈ ਜੀ। ਦੂਸਰੀ ਗੱਲ, ਉਹ ਪ੍ਰਧਾਨ ਹੁਣ ਕਹਿੰਦੀ ਹੈ ਕਿ ਮੈਂ ਪ੍ਰਧਾਨਗੀ ਛੱਡ ਦਾਂਗੀ, ਇਹ ਕਰ ਦਾਂਗੀ। ਦੇਖੋ ਜੀ, ਪਹਿਲੀ ਗੱਲ ਇਹ ਹੈ ਕਿ ਪ੍ਰਧਾਨ ਤਾਂ ਉਹਨੂੰ ਬਣਾਇਆ ਨਹੀਂ, ਜੇ ਤੂੰ ਉਹਨੂੰ ਪ੍ਰਧਾਨ ਬਣਾਇਆ ਸੀ ਤੈਨੂੰ ਕੁੜੀਆਂ ਦੀ ਪ੍ਰਧਾਨ ਬਣਾਇਆ ਸੀ, ਤੈਨੂੰ ਆਰਗਨਾਈਜ਼ਰਾਂ ਦੀ ਪ੍ਰਧਾਨ ਬਣਾਇਆ ਸੀ ਕਿ ਤੂੰ ਉਹਨਾਂ ਦੇ ਵਿੱਚ ਜਾ ਕੇ ਖੜ ਜਾ, ਤੂੰ ਕੁੜੀਆਂ ਦੇ ਹੱਕ 'ਚ ਫੈਸਲਾ ਲੈਂਦੀ, ਠੀਕ ਹੈ ਨਾ। ਹੁਣ ਉਹ ਜਿਹੜੀ ਉਹਨੇ ਕਿਹਾ ਹਾਂਜੀ ਜੀ ਹਾਂਜੀ ਦਾਰੂ ਪੀਤੀ ਹੋਈ ਸੀ, ਬੰਦਾ ਨੂੰ ਪੁੱਛੇ ਤੂੰ ਉੱਥੇ ਮੌਜੂਦ ਸੀ, ਤੂੰ ਉੱਥੇ ਹੈ ਸੀ। ਮੈਂ ਤਾਂ ਕਹਿੰਦੀ ਹਾਂ ਮੇਰਾ ਸਿਰ ਖਾਣ ਨਾਲ ਹੋਣਾ, ਉਹਨਾਂ ਨੂੰ ਇੱਕ ਵਾਰੀ ਚੱਜ ਨਾਲ ਮੇਰੇ ਸਾਹਮਣੇ ਬਿਠਾ ਕੇ ਇੱਕ ਵਾਰੀ ਪੁੱਛਿਆ ਜਾਵੇ। ਮੈਂ ਚਾਹੁੰਦੀ ਹਾਂ ਅਲੀਸ਼ਾ ਨੂੰ ਤੇ ਜਿਹੜੇ ਇਹ ਮੇਰੇ ਖਿਲਾਫ਼ ਆ ਮੇਰੇ ਸਾਹਮਣੇ ਬਿਠਾ ਕੇ ਇਹਨਾਂ ਨੂੰ ਫਿਰ ਉਦੋਂ ਮੇਰੀ ਸਭ ਤੋਂ ਵੱਡੀ ਗਲਤੀ ਹੋ ਗਈ ਕਿ ਜਿਹੜਾ ਮੈਂ ਸਮਰਾਲਾ ਪੁਲਿਸ ਸਟੇਸ਼ਨ ਪਹੁੰਚੀ ਨਹੀਂ, ਕਿਉਂਕਿ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ ਹੈ। ਜਿਹੜੇ ਬੰਦੇ
ਕਿਉਂਕਿ ਜਿਨ੍ਹਾਂ ਨੂੰ ਮੈਂ ਪਹਿਲਾਂ 20 ਵਾਰੀ ਪਰਖਿਆ ਹੋਵੇ, ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹਨਾਂ ਦੇ ਮੂੰਹ ਕੀ ਲੱਗਣਾ, ਮੀਡੀਆ ਨੂੰ ਮੈਂ ਖੁਦ ਕਿਹਾ ਸੀ ਮੈਂ ਉੱਥੇ ਆ ਰਹੀ ਹਾਂ, ਉਸ ਤੋਂ ਬਾਅਦ ਮੈਂ ਕਿਉਂ ਨਹੀਂ ਗਈ? ਇਹ ਆਰਗੇਨਾਈਜ਼ਰ ਮੇਰੇ ਘਰ ਆਉਣ ਦੀ ਬਜਾਏ ਪੁਲਿਸ ਥਾਣੇ 'ਚ ਕੀ ਕਰਦੇ ਫਿਰਦੇ ਸੀਗੇ? ਮੇਰੇ ਘਰ ਆਉਂਦੇ, ਠੀਕ ਹੈ ਨਾ, ਮੇਰੇ ਘਰ ਆਉਣਾ ਚਾਹੀਦਾ ਸੀ ਸਰ ਜੀ ਇਹਨਾਂ ਨੂੰ। ਇਹ ਉੱਥੇ ਕੀ ਲੈਣ ਗਏ ਜੇ ਇੰਨਾ ਹੀ ਇਹਨਾਂ ਦਾ ਉਹ ਸੀਗਾ ਤਾਂ? ਜਿਹੜੇ ਮੇਰੇ ਨਾਲ ਖੜੇ ਨੇ ਮੈਂ ਤਾਂ ਉਹਨਾਂ ਨੂੰ ਸਭ ਕੁਛ ਮੰਨਦੀ, ਪ੍ਰਧਾਨ ਵੀ ਉਹਨਾਂ ਨੂੰ ਮੰਨਦੀ ਆ, ਆਰਗੇਨਾਈਜ਼ਰ ਵੀ ਉਹਨਾਂ ਨੂੰ ਮੰਨਦੀ, ਸਭ ਕੁਛ ਉਹਨਾਂ ਨੂੰ ਮੰਨਦੀ ਜਿਹੜੀ ਮੇਰੀ ਸਪੋਰਟ 'ਚ ਖੜੇ ਨੇ। ਦੇਖੋ ਜੀ, ਇਹ ਇੱਕ ਮੈਂ ਬ੍ਰੋਡਕਾਸਟ ਦੇ ਵਿੱਚ ਵੀ ਇਹ ਗੱਲ ਕਹੀ ਆ ਕਿ ਉਹ ਬੰਦਿਆਂ ਵਾਂਗੂ ਆਪਣੀ ਈਗੋ ਛੱਡ ਕੇ ਆ ਕੇ ਮੈਨੂੰ ਕਹਿ ਦੇਵੇ ਕਿ ਮੇਰੇ ਤੋਂ ਗਲਤੀ ਹੋ ਗਈ। ਇਹ ਚੀਜ਼ ਵਾਸਤੇ ਸਾਰੀ ਦੁਨੀਆ ਵਾਸਤੇ ਇੱਕ ਸਬਕ ਹੋ ਜਾਊਗਾ ਕਿ ਚੱਲ ਵੀ ਮੁੰਡੇ ਵੀ ਮਾੜੇ ਨਹੀਂ ਹੁੰਦੇ ਅਤੇ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ, ਠੀਕ ਹੈ। ਪਰ ਇਹ ਜੇ ਤੁਸੀਂ ਕਹੋ ਕਿ ਇਹ ਚੀਜ਼ਾਂ ਮੈਂ ਰਿਸ਼ਵਤ ਲੈ ਕੇ ਬੋਲ ਰਹੀ ਹਾਂ ਜਾਂ ਕੁਛ ਬੋਲ ਰਹੀ ਹਾਂ, ਅੱਛਾ ਉਹਨਾਂ ਨੇ ਮੁੰਡਾ ਤਾਂ ਫੜ ਲਿਆ, ਠੀਕ ਹੈ, ਉਹਦਾ ਨਕਾਬ ਬਣਾ ਕੇ ਆਪਸ 'ਚ ਪੁਲਿਸ ਵਾਲੇ ਵੀਡੀਓ ਬਣਾ ਰਹੇ ਨੇ ਕੈਮਰੇ ਰੱਖ ਕੇ। ਫੇਕ ਵੀਡੀਓ ਕਹਿ ਰਹੇ ਨੇ ਜੀ, ਕਹਿੰਦੇ ਕਿ ਫੇਕ ਵੀਡੀਓ ਹੈ, ਵੀਡੀਓ ਉਹਨਾਂ ਦੀ ਨਹੀਂ ਹੈ, ਜਿਹੜੇ ਮੁੰਡੇ ਨਾਲ ਮੈਨੂੰ ਸ਼ਿਕਾਇਤ ਹੈ ਉਹ ਮੁੰਡੇ ਦੀ ਮੈਨੂੰ ਚੰਗੀ ਤਰ੍ਹਾਂ ਪਛਾਣ ਹੈ, ਉਸ ਮੁੰਡੇ ਦੀ ਮੇਰੇ ਤੋਂ ਫੋਟੋ ਹੈਗੀ ਆ, ਮੈਨੂੰ ਉਹ ਵਾਲਾ ਮੁੰਡਾ ਪੇਸ਼ ਕਰਕੇ ਦਿੱਤਾ ਜਾਵੇ ਤੇ ਉਹ ਆ ਕੇ ਮੀਡੀਆ ਦੇ ਸਾਹਮਣੇ ਜਿੱਦਾਂ ਮੇਰਾ ਜਲੂਸ ਨਿਕਲਿਆ ਵਾ, ਜਿੱਦਾਂ ਮੇਰੀ ਬਦਨਾਮੀ, ਮੈਂ ਐਡੀ ਮੇਰੀ ਬਦਨਾਮੀ ਹੋਈ ਹੈ ਇਸ ਚੀਜ਼ ਬਦਲੇ, ਤੇ ਜਿਹੜੇ ਚੰਗਾ ਹੋਇਆ ਹੋਈ ਮੇਰੀ ਬਦਨਾਮੀ ਕਿ ਮੈਨੂੰ ਪਤਾ ਲੱਗ ਗਿਆ ਕਿ ਕਿਹੜੇ ਖੜੇ ਨਾਲ ਤੇ ਕਿਹੜੇ ਨਹੀਂ ਖੜੇ, ਠੀਕ ਆ, ਚੰਗਾ ਹੋਇਆ, ਚਲੋ ਜੋ ਵੀ ਹੈ। ਉਸ ਤੋਂ ਬਾਅਦ ਜਿਹੜੀ ਮੇਰੀ ਸੈਲਫ ਰਿਸਪੈਕਟ ਤੇ ਜਿਹੜੀ ਮੇਰੀ ਗੱਲ ਸੀਗੀ, ਜਿਹੜਾ ਮੇਰਾ ਮੁੱਦਾ ਅੱਜ ਵੀ ਉਹੀ ਹੈ ਕਿ ਉਹ ਬੰਦਾ ਕੈਮਰੇ ਦੇ ਮੂਹਰੇ ਆ ਕੇ ਨਕਾਬ ਢੱਕ ਕੇ ਨਾ ਆਵੇ, ਜਿੱਦਾਂ ਮੈਂ ਸਾਹਮਣੇ ਆ ਰਹੀ ਹਾਂ ਨਾ, ਉਹ ਮੁੰਡਾ ਸਾਹਮਣੇ ਆ ਕੇ ਇਹ ਬੋਲਦੇ ਕਿ ਚਲੋ ਜੀ ਹਾਂ ਮੈਂ ਹੀ ਸੀਗਾ ਉਹ ਜਿਹੜੀ ਆ ਗਲਤੀ ਕੀਤੀ, ਬੇਸ਼ੱਕ ਮੇਰੇ ਤੋਂ ਸੋਰੀ ਉਹ ਨਾ ਮੰਗੇ, ਲੇਕਿਨ ਇੱਕ ਵਾਰੀ ਆ ਜਾਵੇ ਉਹ ਮੰਨ ਲਵੇ, ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਹੁਣ ਫੋਟੋ ਦਿਖਾਉਂਗੀ ਉਹ ਮੰਨ ਜਾਵੇ। ਮੇਰਾ ਫੋਨ ਕਿੱਥੇ ਗਿਆ? ਸਿਮਰ ਹੁਣ ਅੱਗੇ ਕੀ, ਅੱਜ ਤਾਂ ਤੁਸੀਂ ਕੱਟ ਕਰ ਲਿਆ ਵਾ, ਅੱਗੇ ਕੀ ਤੁਸੀਂ ਸੋਚਿਆ ਕਿ ਕੀ ਪਲੈਨਿੰਗ ਹੈ ਤੁਹਾਡੀ? ਤੁਸੀਂ ਨਾਲ ਦਾ ਗੱਲਬਾਤ ਕਰ ਲਓ। ਬਕਾਇਦਾ ਐਸਐਚਓ ਸਾਹਿਬ ਨੇ ਮੈਨੂੰ ਫੋਟੋਆਂ ਭੇਜੀਆਂ ਉਹਨਾਂ ਦੀਆਂ ਕਿ ਤੁਸੀਂ ਪਹਿਚਾਣ ਕਰੋ ਇਹਨਾਂ ਦੀ। ਇਹ ਜਿਹੜੇ ਮੁੰਡੇ ਫੜੇ ਜੀ ਉਹਨਾਂ ਦੀ ਪਛਾਣ ਤੁਸੀਂ ਕਰਾ ਲਗੇ? ਦੇਖੋ ਇਹ ਮੁੰਡੇ ਜੀ ਉੱਥੇ ਵਿਆਹ ਤੇ ਮੌਜੂਦ ਸੀਗੇ। ਸਭ ਤੋਂ ਪਹਿਲਾਂ ਤੁਸੀਂ ਇਹ ਮੁੰਡਾ ਉਹਨਾਂ ਨੇ ਫੜਿਆ ਸੀਗਾ ਜਿਹਦਾ ਨਾਮ ਜਗਰੂਪ ਦੱਸਿਆ ਜਾ ਰਿਹਾ, ਠੀਕ ਹੈ, ਤੇ ਇਸ ਵਿਚਾਰੇ ਦੀ ਕੋਈ ਗਲਤੀ ਨਹੀਂ ਆ ਇਹਦੇ ਵਿੱਚ, ਠੀਕ ਹੈ। ਦੇਖੋ ਜੇ ਕਿਸੇ ਬਗਾਨੇ ਮਾਂ ਦੇ ਪੋਤੇ ਛਿੱਤਰ ਪੈ ਜਾਣ ਉਹਦਾ ਰਿਮਾਂਡ ਲਿਆ ਜਾਵੇ, ਉਸ ਤੋਂ ਬਾਅਦ ਮੈਨੂੰ ਪਤਾ ਲੱਗੇ ਕਿ ਯਾਰ ਇਹ ਤਾਂ ਉਹ ਸੀ ਹੀ ਨਹੀਂ ਜਿੱਤੋਂ ਬਕਾਇਆ ਜਾ ਰਿਹਾ ਆ। ਇਹ ਪੁਲਿਸ ਦਾ ਜਿਹੜਾ ਰੀਡਰ ਹੈ ਏਸੀਪੀ ਦਾ ਰੀਡਰ, ਉਹ ਕੀ ਕਹਿ ਰਹੇ ਤੁਸੀਂ? ਮੈਨੂੰ ਨਹੀਂ ਜੀ ਪਤਾ, ਮੇਰੇ ਵਾਸਤੇ ਇਹ ਆਡੀਅੰਸ ਸੀਗੀ ਉਸ ਦਿਨ, ਠੀਕ ਹੈ ਨਾ, ਉਹ ਪੁਲਿਸ ਦਾ ਲੀਡਰ ਸੀ, ਮੈਨੂੰ ਨਹੀਂ ਪਤਾ ਉਹ ਲੀਡਰ ਸੀ, ਚਾਹੇ ਉਹ ਪੁਲਿਸ ਵਾਲਾ ਸੀ, ਚਾਹੇ ਉਹ ਨੌਕਰ ਸੀ, ਚਾਹੇ ਉਹ ਕੰਮ ਵਾਲਾ ਸੀ, ਮੈਨੂੰ ਨਹੀਂ ਪਤਾ। ਉਸ ਵੇਲੇ ਮੈਂ ਆਰਟਿਸਟ ਸੀਗੀ ਤੇ ਉਹ ਉਸ ਵੇਲੇ ਆਡੀਅੰਸ ਸੀਗਾ ਮੇਰਾ, ਰਾਈਟ ਨਾ, ਉਸ ਵੇਲੇ ਮੇਰਾ ਉਹ ਆਡੀਅੰਸ ਸੀਗਾ ਤੇ ਉਸ ਟਾਈਮ ਮੈਂ ਇੱਕ ਪਰਫਾਰਮਰ ਸੀਗੀ ਜਿਹਨੂੰ ਆਪਾਂ ਡਾਂਸਰ ਕਹਿ ਦਿੰਦੇ ਉਹ ਸੀਗੀ। ਤੇ ਲੇਕਿਨ ਜਿਹੜਾ ਮੁੱਦਾ ਪਹਿਲਾਂ ਵੀ ਆਪਣਾ ਉੱਠਿਆ ਕਿ ਦੇਖੋ ਜੀ ਰਿਸਪੈਕਟ ਕਰਕੇ ਮੈਂ ਇਹ ਚੀਜ਼ ਨੂੰ ਚੱਕਿਆ, ਠੀਕ ਹੈ, ਤੇ ਉਸ ਉਸ ਬੰਦੇ ਨੂੰ ਇਹ ਪੇਸ਼ ਕਿਉਂ ਨਹੀਂ ਕਰ ਰਹੇ? ਉਹਦੇ ਨਾਲ ਮੇਰੀ ਕੀ ਸੀ ਡੀਜੇ ਦਾ ਨਾਮ, ਸਟੇਟ ਬੈਣੀਪਾਲ ਨੇ ਇਹ ਪਛਾਣਨ ਦੋ
ਇਨਕਾਰ ਕਿਉਂ ਕੀਤਾ? ਜਰਾ ਹੁਣ ਮੈਂ ਉਹਨੂੰ ਖਿੱਚਾਂ ਵਿੱਚ ਇਸ ਮਾਮਲੇ ਦੇ ਵਿੱਚ ਕਿ ਤੂੰ ਮੁੱਕਰਦਾ ਕਿਉਂ ਪਿਆ ਆ, ਤੂੰ ਮੇਰੇ ਖਿਲਾਫ ਉਠਾ। ਜੇ ਉਹਨੇ ਦਾਰੂ ਪੀਤੀ ਹੋਈ ਸੀ ਜੀ, ਉਹ ਤੁਹਾਡੇ ਬਿਆਨ ਰਹਿੰਦਾ, ਉਹ ਕਹਿੰਦਾ ਉਹ ਵੀਡੀਓ ਪਾਈ ਆ, ਉਹ ਵੀਡੀਓ, ਆਹ ਕੀ ਗੱਲਾਂ ਹੋਈਆਂ? ਮੈਂ ਜਿਹੜੀ ਵੀਡੀਓ ਬੱਚੀਆਂ ਨੇ ਨੱਚਦੀ ਪਈ ਆ ਉਹ ਵੀਡੀਓ ਉਸੇ ਦਿਨ ਦੀ ਆ, ਤੇ ਜਿਹੜੀ ਇਹਨਾਂ ਨੇ ਮੇਰੀ ਵਾਇਰਲ ਹੋਈ ਉਹ ਵੀ ਉਸੇ ਦਿਨ ਦੀ, ਹਨਾ? ਤੇ ਦੂਜਾ ਇੱਕ ਬੰਦਾ ਉਹਨਾਂ ਦੇ ਨਾਲ ਹੀ ਜਿਹੜਾ ਆ ਉਹ ਕਹਿ ਰਿਹਾ ਵਾ ਕਿ ਬਈ ਉਹ ਵੀਡੀਓ, ਚਲ ਇਹ ਸਫਾਈਆਂ ਤੇ ਦਫਾ ਕਰੋ ਮੁੱਦੇ ਦੇ ਗੱਲ ਤੇ ਆਉਂਦੇ ਆ। ਤੇ ਜਿਹਦੇ ਨਾਲ ਮੇਰਾ ਵਿਵਾਦ ਆ ਆ ਮੁੰਡਾ ਆ, ਫੜੇ ਗਏ ਕਿ ਨਹੀਂ ਫੜੇ ਗਏ ਇਹ ਮੈਨੂੰ ਨੀ ਪਤਾ ਨਾ, ਤੇ ਮੈਨੂੰ ਪੁਲਿਸ ਆਣ ਕੇ ਪਹਿਚਾਣ ਕਰਾਣ ਇਸ ਚੀਜ਼ ਦੀ। ਬਿਲਕੁਲ, ਜੇ ਲੜਕਾ ਆ ਕੇ ਮੀਡੀਆ ਦੇ ਸਾਹਮਣੇ ਜਿਵੇਂ ਮੇਰਾ ਜਲੂਸ ਨਿਕਲਿਆ ਉਸ ਤਰੀਕੇ ਨਾਲ, ਮੈਂ ਇਹ ਨਹੀਂ ਕਹਿੰਦੀ ਕਿ ਉਹ ਮੇਰੇ ਤੋਂ ਮਾਫ਼ੀ ਮੰਗ ਲਏ, ਇੱਕ ਵਾਰੀ ਆ ਕੇ ਕਬੂਲ ਲਵੇ ਕਿ ਹਾਂ ਮੈਂ ਗਲਾਸ ਮਾਰਿਆ ਸੀ ਜਾਂ ਕੁਛ ਕੀਤਾ ਸੀਗਾ, ਤੇ ਮੈਂ ਉਹਨੂੰ ਮਾਫ਼ ਵੀ ਕਰ ਦੂੰਗੀ, ਇਹ ਕੋਈ ਰਿਸ਼ਵਤ ਵਾਲਾ ਜਾਂ ਕੁਛ ਵੀ ਮਾਮਲਾ। ਲੇਕਿਨ ਜੇ ਇਹ ਸਿੱਧੇ ਇਹਦੇ ਤੋਂ ਚ ਕੀਲਾ ਚੰਗੀ ਤਰੀਕੇ ਗੱਡਿਆ ਹੋਇਆ ਜੇ ਨਹੀਂ ਨਿਕਲ ਰਿਹਾ, ਤੇ ਫਿਰ ਉਹ ਮਾਮਲਾ ਤਾਂ ਕੋਰਟ ਤੱਕ ਗਿਆ ਹੀ ਹੋਇਆ ਆ, ਤੇ ਮੈਂ ਇਨਸਾਫ਼ ਇਸ ਚੀਜ਼ ਦਾ ਅੱਜ ਵੀ ਇਹੀ ਕਹੂੰਗੀ।